ਸ਼ਰਾਬੀ ਹਾਲਾਤ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਔਰਤ ਦੇ ਨਾਲ ਕੀਤੀ ਛੇੜਛਾੜ ਜਿਹੜਾ ਮਾਮਲਾ ਜਿਹੜਾ ਉਹ ਸਾਹਮਣੇ ਆ ਰਿਹਾ ਜਿੱਥੇ ਬਟਿੰਡਾ ਦੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਇੱਕ ਔਰਤ ਰਾਤ ਵੇਲੇ ਦਵਾਈ ਲੈਣ ਜਾਂਦੀ ਹੈ ਦਵਾਈ ਲੈਣ ਜਾਂਦੀ ਹੈ ਆਪਣੇ ਬੱਚਿਆਂ ਦੇ ਨਾਲ ਜਿੱਥੇ ਇੱਕ ਪੁਲਿਸ ਮੁਲਾਜ਼ਮ ਜੋ ਸ਼ਰਾਬ ਪੀ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਹੈ ਤੇ ਉਸ ਔਰਤ ਦੇ ਨਾਲ ਛੇੜਛਾੜ ਕਰਦਾ ਜਿਸ ਤੋਂ ਬਾਅਦ ਮਾਮਲਾ ਜਿਹੜਾ ਬਹੁਤ ਗਰਮਾ ਜਾਂਦਾ ਹੈ ਰਾਤ ਵੇਲੇ ਹੀ ਜਿਹੜਾ ਤਮਾਸ਼ਾ ਲੱਗ ਜਾਂਦਾ ਹੈ ਹਸਪਤਾਲ ਦੇ ਵਿੱਚ ਸੋ ਔਰਤ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਉਸ ਦੇ ਨਾਲ ਬਤਮਿਜ਼ੀ ਕੀਤੀ ਗਈ ਹੈ ਜਦਕਿ ਪੁਲਿਸ ਮੁਲਾਜ਼ਮ ਇਸ ਨੂੰ ਨਕਾਰਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਸਿਰਫ ਆਪਣੀ ਡਿਊਟੀ ਕਰ ਰਿਹਾ ਸੀ ਸੋ ਪੂਰੀ ਜਾਣਕਾਰੀ ਕੀ ਹੈ ਆਓ ਦੱਸਦੇ ਹਾਂ ਦੱਸ ਦਈਏ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੇ ਰਾਤ ਨੂੰ ਇੱਕ ਔਰਤ ਦਵਾਈ ਲੈਣ ਦੇ ਲਈ ਜਾਂਦੀ ਆਪਣੇ ਬੱਚਿਆਂ ਦੇ ਨਾਲ ਜਿੱਥੇ ਇੱਕ ਪੁਲਿਸ ਮੁਲਾਜ਼ਮ ਉਸ ਨੂੰ ਕਹਿੰਦਾ ਕਿ ਤੇਰੀ ਪੂਰੀ ਚੈਕਿੰਗ ਕੀਤੀ ਜਾਏਗੀ ਸੋ ਇਸ ਗੱਲ ਦੇ ਉੱਤੇ ਔਰਤ ਭੜਕਦੀ ਹੈ ਕਿ ਮੈਂ ਦਵਾਈ ਲੈਣ ਆਈਆਂ ਮੇਰੀ ਆਖਰ ਚੈਕਿੰਗ ਕਿਉਂ ਕੀਤੀ ਜਾਏਗੀ ਚੈਕਿੰਗ ਕਰਨਾ ਵੀ ਚੱਲੋ ਕੋਈ ਗਲਤ ਗੱਲ ਨਹੀਂ ਹੈ ਪਰ ਗਲਤ ਤਰੀਕੇ ਦੇ ਨਾਲ ਉਸ ਨੂੰ ਕਿਹਾ ਗਿਆ ਕਿ ਤੇਰੀ ਜਿਹੜੀ ਤਲਾਸ਼ੀ ਹੈ ਲਈ ਜਾਏਗੀ ਸੋ ਜਿਸ ਤੇ ਔਰਤ ੜਕਦੀ ਹੋਈ ਦਿਖਾਈ ਦਿੰਦੀ ਹੈ ਪਰ ਔਰਤ ਦੇ ਨਾਲ ਜੋ ਸ਼ਖਸ ਹੁੰਦਾ ਹੈ ਉਸ ਦਾ ਬੇਟਾ ਹੁੰਦਾ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਮੁਲਾਜ਼ਮ ਜਿਹੜਾ ਉਹ ਸ਼ਰਾਬ ਦੀ ਹਾਲਤ ਦੇ ਵਿੱਚ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਜਿਸ ਤੋਂ ਬਾਅਦ ਮਾਮਲਾ ਜਿਹੜਾ ਗਰਮਾ ਜਾਂਦਾ ਹੈ ਪੁਲਿਸ ਮੁਲਾਜ਼ਮ ਚप्पल ਪਾ ਕੇ ਇੱਕ ਤਾਂ ਡਿਊਟੀ ਕਰ ਰਹੇ ਹੁੰਦਾ ਹੈ ਜਿਸ ਤੋਂ ਬਾਅਦ ਉਸ ਦੀ ਚੱਪਲ ਵੀ ਉਸ ਦੇ ਪੈਰ ਚੋਂ ਨਿਕਲ ਜਾਂਦੀ ਹੈ ਪਰ ਸ਼ਰਾਬ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤਾ ਇਸ ਪੁਲਿਸ ਮੁਲਾਜ਼ਮ ਨੂੰ ਕੁਝ ਪਤਾ ਨਹੀਂ ਲੱਗਦਾ ਜਿਸ ਤੋਂ ਬਾਅਦ ਉਸ ਦੇ ਔਰਤ ਦੇ ਲੜਕੇ ਦੇ ਵੱਲੋਂ ਹੀ ਕਿਹਾ ਜਾਂਦਾ ਹੈ ਕਿ ਚੱਪਲ ਪਾ ਲਓ ਤੁਹਾਡੀ ਚੱਪਲ ਉੱਥੇ ਹੀ ਡਿੱਗ ਗਈ ਸੀ ਐਸਾ ਗੱਲਾਂ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਚੋਰ ਸੀ ਪੁਲਿਸ ਮੁਲਾਜ਼ਮ ਉਸ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਜਿਹੜਾ ਨਸ਼ੇ ਦੇ ਵਿੱਚ ਆਪੜੀ ਡਿਊਟੀ ਕਰਦਾ ਤੇ ਉਸ ਤੋਂ ਬਾਅਦ ਇੱਕ ਔਰਤ ਦੇ ਨਾਲ ਬਤਮਿਜ਼ੀ ਕਰਦਾ ਹੈ ਹਾਲਾਂਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਸਾਰਾ ਕੁਝ ਨਕਾਰਿਆ ਗਿਆ ਉਸ ਦਾ ਕਹਿਣਾ ਹੈ ਕਿ ਨਹੀਂ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਪਰ ਤਸਵੀਰਾਂ ਸਾਫ਼ ਬਿਆਨ ਕਰਦੀਆਂ ਸੀ ਇਸ ਔਰਤ ਨੇ ਤੇ ਔਰਤ ਦੇ ਮੁੰਡੇ ਦੇ ਵੱਲੋਂ ਜਦੋਂ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸ਼ਰਾਬ ਦੀ ਹਾਲਤ ਦੇ ਵਿੱਚ ਨਸ਼ੇ ਦੀ ਹਾਲਤ ਦੇ ਵਿੱਚ ਡਿਊਟੀ ਕਰ ਰਿਹਾ ਹੈ ਤਾਂ ਇਸ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਲਈਗੀ ਸੋ ਪੁਲਿਸ ਮੁਲਾਜ਼ਮ ਦੀ ਇੱਕ ਹੋਰ ਕਰਤੂਤ ਜਿਹੜੀ ਹੈ ਸਾਹਮਣੇ ਆਉਂਦੀ ਜਿੱਥੇ ਸ਼ਰਾਬ ਦੇ ਵਿੱਚ ਪੁਲਿਸ ਮੁਲਾਜ਼ਮ ਇੱਕ ਔਰਤ ਦੇ ਨਾਲ ਛੇੜਛਾੜ ਕਰਦਾ ਤੇ ਸਭ ਤੋਂ ਵੱਡੀ ਗੱਲ ਸ਼ਰਾਬ ਦੇ ਨਸ਼ੇ ਦੇ ਵਿੱਚ ਡਿਊਟੀ ਦੇ ਰਿਹਾ ਹੁੰਦਾ ਜਦਕਿ ਚੌਂਕੀ ਦੇ ਵਿੱਚ ਇਸ ਦੀ ਡਿਊਟੀ ਸੀ ਪਰ ਇਹ ਹਸਪਤਾਲ ਦੇ ਵਿੱਚ ਰਾਊਂਡ ਤੇ ਆਉਂਦਾ ਤੇ ਹਸਪਤਾਲ ਦੇ ਵਿੱਚ ਆ ਕੇ ਛੇੜਛਾੜ ਕਰਦਾ ਅਜਿਹੇ ਪੁਲਿਸ ਮੁਲਾਜ਼ਮ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਰੀ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ